Yeah.
Oh,
Yeah.
Oh,
Thank you.
Yeah.
si व्यक्ति इस मूल को दे रहा था हम तो बता कई शामिल हो एक परमात्मा वालों भेजी गई रोशन जी के अवसर चारों पास आपने रोशनी का राम जी का सबसे बहुत मिठा प्यार अपने परिवार के अपने सके संबंधियों के अपने मित्रों के फैला रहे पता नहीं परमात्मा की मंजूरी से इस भयानक बीमारी ने इसको घेर लिया। एम बी बी एस के इसकी एडमिशन हो चुकी थी, दाखला वगैरह कर चुका सी पर मंजूर नहीं सी परमात्मा को कि एक क्लास इस तरह का सी। वाहिगुरु शायद इस तरह ही ਇਹ ਵੀ ਮੈਨੂੰ ਬਹੁਤ ਇੱਛਾ ਸੀ ਕਿ ਉਹ ਠੀਕ ਹੋ ਕੇ ਆਪਣੀ ਡਾਕਟਰੀ ਕੰਪਲੀਟ ਕਰੇਗੀ ਅਤੇ ਕੈਂਸਰ ਦੇ ਰੋਗੀਆਂ ਵਾਸਤੇ ਆਪਣਾ ਜੀਵਨ ਜਿਹੜਾ ਲਗਾਵੇ। ਇਹਦੀ ਇੱਛਾ ਸੀ ਕਿ ਉਹ ਕੈਂਸਰ ਦੇ ਰੋਗੀਆਂ ਦਾ ਇਲਾਜ ਕਰੇਗੀ ਔਰ ਫ੍ਰੀ ਇਲਾਜ ਕਰੇਗਾ ਪਰ ਸ਼ਾਇਦ ਪਰਮਾਤਮਾ ਨੂੰ ਇਸ ਦੀ ਜ਼ਿਆਦਾ ਇਸ ਦੀ ਲੋੜ ਸੀ ਅਤੇ ਉਹਨਾਂ ਨੇ ਆਪਣੇ ਕੋਲ ਇਸ ਨੂੰ ਬੁਲਾ ਲਿਆ। ਉਹ ਰੋਸ਼ਨੀ ਜਿਹੜੀ ਹੈਗੀ ਆ ਸੀਗੀ ਇਹ ਪਰਮਾਤਮਾ ਦੇ ਵਿੱਚ ਮਸ ਸਾਰੇ ਮਿਲ ਕੇ ਸਾਰੀ ਸੰਗਤ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਸਦੀ ਆਤਮਾ ਆਪਣਾ ਚਰਨਾਂ ਦੇ ਵਿੱਚ ਵਾਸ ਕਰੇ ਅਤੇ ਪਰਿਵਾਰ ਨੂੰ ਪਾਣਾ ਨਾ ਪਹੁੰਚੇ ਵਾਹਿਗੁਰੂ ਨੂੰ ਕੁਛ ਮਾਇਆ ਦਾਨ ਦੇ ਤੌਰ 'ਤੇ ਮਿਲਣ ਜਿਹਦੇ ਵਿੱਚ ਆਪਣੇ ਗੱਡੀ ਪਿੰਡ ਸੋਹਣੀਆਂ ਮਿੱਟੇ ਹੋਰ ਗੁਰਦੁਆਰਾ ਸਾਹਿਬਾਨ ਨੂੰ 11-11 ਹਜ਼ਾਰ ਅਤੇ ਪ੍ਰਭ ਆਸਰਾ ਪ੍ਰਭ ਆਸਰਾ ਪਟਿਆਲਾ ਵੀ ਕਿਹਾ ਪਟਿਆਲਾ ਉਹਨਾਂ ਨੂੰ 21,000 ਜੇ ਸਾਡੇ ਬੱਚੇ ਬੈਠੇ ਹੋਏ ਨੇ ਉਦੋਂ ਐਨ ਜੀ ਓ ਵਾਲੇ ਇਹਨਾਂ ਨੇ ਬਹੁਤ ਸਹਾਇਤਾ ਕੀਤੀ ਹੈ। ਸਾਰਾ ਪਰਿਵਾਰ ਹੈ ਇਹਨਾਂ ਦਾ ਬਹੁਤ ਯਕੀਨ ਹੈ। ਅਸੀਂ ਇਹਨਾਂ ਦੀ ਬੇਨਤੀ ਹੈ ਨਹੀਂ ਕਰ ਸਕਦੇ, ਕੋਸ਼ਿਸ਼ ਸਾਰੇ ਵੱਲੋਂ ਬਹੁਤ ਕੀਤੀ ਗਈ, ਪਰਿਵਾਰ ਵੱਲੋਂ ਵੀ ਬਹੁਤ ਕੋਸ਼ਿਸ਼ ਕੀਤੀ ਗਈ ਔਰ ਵਾਹਿਗੁਰੂ ਨੂੰ ਮਨਜ਼ੂਰ ਹੋਈ ਸੀ। ਉਦੋਂ ਐਨ ਜੀ ਓ ਵਾਸਤੇ ਪਰਿਵਾਰ ਵੱਲੋਂ 10,00,000 ਰੁਪਇਆ ਦੇ ਦਾਨ ਚੁਕਾਇਆ ਤਾਂ ਜੋ ਇਸ ਰਕਮ ਤੋਂ ਉਹ ਗਰੀਬ ਕੈਂਸਰ ਪੇਸ਼ੈਂਟ ਦੀ ਵੱਧ ਤੋਂ ਵੱਧ ਸਹਾਇਤਾ ਕਰ ਸਕੇ। ਵਾਹਿਗੁਰੂ ਜੀ ਪਰਮਾਤਮਾ ਪਰਿਵਾਰ ਵੱਲੋਂ ਹੁਣ ਇੱਕ ਪੂਰੀ ਬੇਨਤੀ ਹੈ ਕਿ ਦੇਖ ਲੈਣ ਉਪਰੰਤ ਹੇਠਾਂ ਆਪ ਦੇ ਵਿੱਚ ਲੰਗਰ ਤਿਆਰ ਹੈ, ਕਿਰਪਾ ਕਰਕੇ ਸਾਰੇ ਨੇ ਲੰਗਰ ਛਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ। ਅਸੀਂ ਇੱਕ ਛੋਟਾ ਦੱਸਿਆ ਆਪਣੀ ਵਿਸ਼ਨੂੰ ਲੈਣਾ ਸਿੱਖਿਆ ਜਿਹਦਾ ਸੱਦਾ ਸੀ ਕਿ ਕੈਂਸਰ ਪੇਸ਼ੈਂਟ ਦਾ ਇਲਾਜ ਕਰੋ ਫ੍ਰੀ ਕਰੋ। ਉਸ ਲਈ ਉਹਦਾ ਮੈਂਟਰ ਨੇ ਕਿ ਵਿਸ਼ਨੂੰ ਫਾਊਂਡੇਸ਼ਨ ਦੀ ਅਨਾਊਂਸਮੈਂਟ ਕੀਤੀ ਹੈ ਜੋ ਕਿ ਕੈਂਸਰ ਪੇਸ਼ੈਂਟ ਜੋ ਗਰੀਬ ਹੈ ਜੋ ਗਰੀਬ ਬੱਚੇ ਆਪਣੇ ਕੋਲ ਉਹਨਾਂ ਦਾ ਫ੍ਰੀ ਇਲਾਜ ਕਰੇ ਜਿਸ ਵਿੱਚ ਜੋ ਜਿਵੇਂ ਕਿ ਤੁਹਾਨੂੰ ਦੱਸਿਆ ਤਾਂ ਜਿਵੇਂ ਕਿ ਵਿਸ਼ਨੂੰ ਦੇ ਫਾਦਰ ਸਾਹਿਬ ਜੀ ਨੇ ਉਹਨਾਂ ਦੀ ਫੈਮਿਲੀ ਨੇ 10,00,000 ਰੁਪਏ ਦਿੱਤਾ ਉਹ ਵਿਸ਼ਨੂੰ ਫਾਊਂਡੇਸ਼ਨ ਵਿੱਚ ਜਾਏਗਾ ਜੋ ਕਿ ਆਪਣੇ ਕੈਂਸਰ ਪੇਸ਼ੈਂਟ ਜਵਾਕਾਂ ਲਈ ਵਿਸ਼ਨੂੰ ਦੇ ਛੋਟੇ ਛੋਟੇ ਬੱਚਿਆਂ ਲਈ ਮਦਦ ਕਰੇਗੀ। ਤਾਂ ਬੇਨਤੀ ਹੈ ਕਿ ਆਪਾਂ ਇਸ ਲੜਾਈ ਨੂੰ ਇਕੱਲੇ ਨਹੀਂ ਲਾ ਸਕਦੇ, ਤੁਹਾਡੇ ਸਭ ਦਾ ਸਾਥ ਦਾ ਸਹਿਯੋਗ ਦਾ ਜ਼ਰੂਰਤ ਹੈ। ਮੈਂ ਸ਼ਾਮ ਨੂੰ ਬੁੱਧ ਮੈਂਜੀਅਰ ਤੋਂ ਸਾਡੀ ਅੱਜੇ ਮੈਂ ਦੱਸਦਾ ਹਾਂ ਕਿ ਅਸੀਂ ਪੂਰੇ ਨੌਰਥ ਇੰਡੀਆ 'ਚ ਨੌਰਥ ਇੰਡੀਆ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ 'ਚ ਐਮਰਜੈਂਸੀ ਡੋਨਰਸ ਭੇਜਿਆ ਬਲੱਡ ਡੋਨਰਸ ਪਲੇਟਲੈਟ ਡੋਨਰਸ ਕਿੱਥੇ ਵੀ ਕੋਈ ਵੀ ਜ਼ਰੂਰਤ ਹੈ ਕਿਸੇ ਨੂੰ ਕੋਲ ਕਰੋ, ਕਿਸੇ ਨੂੰ ਕੋਈ ਗਰੀਬ ਨੂੰ ਜ਼ਰੂਰਤ ਹੈ ਪਲੀਜ਼ ਇੱਕ ਵਾਰ ਕੋਲ ਕਰੋ ਸਾਡੇ ਨਾਲ ਜੁੜੋ।
मेरा व्हाट्सएप नंबर है 9803525211। मैं रिपीट कर रहा हूँ 9803525211। इस पर व्हाट्सएप पर अपना ब्लड ग्रुप शेयर मैसेज करो ताकि तुम भी साढ़े नाल जुड़ सको ताकि आप मिल के इस जंग में लड़िए, क्योंकि बुलंदी है जी चीज़ है जिंदगी में आप किसी भी जान बचा सकते हैं। जे आप वो भी नहीं कर सकते तो आप कुछ नहीं कर सकते। ये ब्लड आप अपने अंदर एक रेंज ही मान जाता है, फिर भी लोग पता नहीं क्यों करते हैं। साढ़े 18 साल होंगे जो मेरे तक 18 दिन में रहते वो भी 2-2 दिन के बाद फिर प्लीज़ थोड़े साथ जोड़ है तो इस फाउंडेशन चलाने लिए प्लीज़ थोड़ा सहयोग जरूर चाहिए। Thank you.